ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ ਵਾਰੀ ਫਿਰ ਤੁਹਾਡੇ ਨਾਲ ਫੇਸਬੁੱਕ 'ਤੇ ਲਾਈਵ। ਮੇਰੇ ਨਾਲ ਪ੍ਰੋਫੈਸਰ ਸਾਧੂ ਸਿੰਘ ਜੀ ਜੋ ਕਿ MP ਨੇ ਫਰੀਦਕੋਟ ਤੋਂ, ਉਹ ਮੇਰੇ ਨਾਲ ਨੇ। ਦੋਸਤੋ, ਜ਼ੀਰੋ ਆਵਰ ਦੇ ਵਿੱਚ ਅੱਜ ਪ੍ਰੋਫੈਸਰ ਸਾਹਿਬ ਦਾ ਜਿਹੜਾ ਸਵਾਲ ਹੈ, ਬਰਗਾੜੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਉਹਦੇ ਬਾਰੇ ਅੱਜ ਇਹਨਾਂ ਦਾ ਸਵਾਲ ਜਿਹੜਾ ਨਿਕਲਿਆ 17ਵੇਂ ਨੰਬਰ 'ਤੇ ਹੈ, ਕਿਉਂਕਿ ਟੋਪ 20 ਜਿਹੜੇ ਨੇ ਡਰੋ ਨਿਕਲਦੇ ਨੇ ਟੋਪ 20 ਦੇ, ਉਹਨਾਂ ਦੇ ਵਿੱਚ 17ਵੇਂ ਨੰਬਰ 'ਤੇ ਇਹਨਾਂ ਦਾ ਸਵਾਲ ਹੈ ਬਰਗਾੜੀ ਕਾਂਡ ਬਾਰੇ। ਇਹਨਾਂ ਨੇ ਜੋ ਸਵਾਲ ਪੁੱਛਿਆ ਗੌਰਮੈਂਟ ਤੋਂ ਕਿ ਉਹਦੀ ਜਾਂਚ ਕਦੋਂ ਕੰਪਲੀਟ ਹੋਊਗੀ ਅਤੇ ਉਹਦੇ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੇਗੀ, ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਇਸ ਬਰਗਾੜੀ ਕਾਂਡ ਨਾਲ ਜੁੜੀਆਂ ਹੋਈਆਂ ਨੇ ਅਤੇ ਲੋਕ ਉਮੀਦ ਨਾਲ ਦੇਖ ਰਹੇ ਨੇ ਕਿ ਸ਼ਾਇਦ ਸਾਨੂੰ ਇਨਸਾਫ ਮਿਲ ਜੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ। ਅਤੇ ਮੇਰਾ ਨੰਬਰ ਜਿਹੜਾ 14ਵਾਂ ਹੈ, ਮੇਰਾ ਜਿਹੜਾ ਸਵਾਲ ਹੈ ਉਹਦੇ ਵਿੱਚ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜੋ ਦਲਿਤਾਂ ਦੇ ਸਟੂਡੈਂਟਸ ਨੂੰ ਮਿਲਦੀ ਹੈ ਗੌਰਮੈਂਟ ਵੱਲੋਂ, ਸੈਂਟਰ ਗੌਰਮੈਂਟ ਵੱਲੋਂ, ਉਹ ਸੈਂਟਰ ਗੌਰਮੈਂਟ ਵੱਲੋਂ ਤਾਂ ਪੈਸਾ ਚਲਾ ਗਿਆ ਪਰ ਪੰਜਾਬ ਗੌਰਮੈਂਟ ਜਿਹੜੀ ਉਹ ਕਿਤੇ ਇੱਧਰ ਉੱਧਰ ਡਾਈਵਰਟ ਕਰ ਜਾਂਦੀ ਹੈ ਪੈਸੇ ਨੂੰ ਆਪਣੀਆਂ ਹੋਰ ਸਕੀਮਾਂ 'ਚ, ਅਤੇ ਕਾਲਜਾਂ ਨੂੰ ਪੈਸਾ ਨਹੀਂ ਜਾਂਦਾ ਅਤੇ ਨਾ ਹੀ ਉਹ ਸਟੂਡੈਂਟਾਂ ਦੇ ਅਕਾਊਂਟਸ 'ਚ ਜਾਂਦਾ, ਤਾਂ ਫਿਰ ਕਾਲਜ ਵੀ ਦੁਖੀ ਨੇ ਕਿਉਂਕਿ ਉਹਨਾਂ ਕੋਲ ਪੈਸਾ ਨਹੀਂ ਆਉਂਦਾ, ਅਤੇ ਨਾਲ ਸਟੂਡੈਂਟ ਵੀ ਦੁਖੀ ਨੇ ਕਿਉਂਕਿ ਉਹਨਾਂ ਨੂੰ ਕਦੇ ਕੋਈ DMC ਨਹੀਂ ਮਿਲਦਾ, ਕਦੇ ਰੋਲ ਨੰਬਰ ਨਹੀਂ ਮਿਲਦਾ। ਸੋ ਇਸ ਸਿਲਸਿਲੇ ਦੇ ਵਿੱਚ ਕਾਲਜ ਅਤੇ ਸਟੂਡੈਂਟ ਦੋਨਾਂ ਦਾ ਆਪਸ ਦੇ ਵਿੱਚ ਟਕਰਾਓ ਪੈਦਾ ਹੋ ਜਾਂਦਾ, ਜਦ ਕਿ ਗਲਤੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਹੈ। ਸੋ ਮੈਂ ਇਹ ਸਵਾਲ ਜਿਹੜਾ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜੋ SC ਬੱਚਿਆਂ ਦਾ, ਮੈਂ ਉਹਦੇ ਬਾਰੇ ਸਵਾਲ ਪੁੱਛੂੰਗਾ ਕਿ ਕਿਰਪਾ ਕਰਕੇ ਹਿਸਾਬ ਲਓ, ਕਿਉਂਕਿ ਪੈਸਾ ਸੈਂਟਰ ਦਾ, ਕਿ ਉਹ ਪੈਸਾ ਇੱਧਰ ਉੱਧਰ ਜਿਹੜਾ ਕਿਵੇਂ, ਜਿਹੜਾ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਹ ਵੀ ਇੱਧਰ ਉੱਧਰ ਪੈਸਾ ਯੂਜ਼ ਕਰ ਜਾਂਦੇ ਸੀ ਅਤੇ ਸਟੂਡੈਂਟਸ ਨੂੰ ਦਿੱਕਤ ਆਉਂਦੀ ਸੀ, ਬੜਾ ਵੱਡਾ ਮਸਲਾ ਇਹ ਪੰਜਾਬ ਦਾ। ਸੋ ਮੈਂ ਉਹ ਸਵਾਲ ਉਠਾਊਂਗਾ ਅਤੇ ਆਪਣੇ ਬਰਗਾੜੀ ਵਾਲਾ, ਕਿਉਂਕਿ ਬਰਗਾੜੀ ਜਿਹੜਾ ਕਸਬਾ ਹੈ, ਬਰਗਾੜੀ ਦਾ ਇਲਾਕਾ ਜਿਹੜਾ ਉਹ ਫਰੀਦਕੋਟ ਲੋਕ ਸਭਾ ਹਲਕੇ 'ਚ ਪੈਂਦਾ, ਸੋ ਇਹਨਾਂ ਦਾ ਫਰਜ਼ ਵੀ ਬਣਦਾ ਕਿ ਇਹ ਆਪਣੇ ਹਲਕੇ ਦੇ ਵਿੱਚ ਐਡੀ ਵੱਡੀ ਘਟਨਾ ਹੋਈ ਹੈ ਅਤੇ ਉਹਦਾ ਪਾਰਲੀਮੈਂਟ ਦੇ ਵਿੱਚ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ। ਪ੍ਰੋਫੈਸਰ ਸਾਹਿਬ, 1 ਮਿੰਟ ਲਈ ਦੱਸ ਦਿਓ ਕਿ ਸਵਾਲ ਮੇਰਾ ਤੁਹਾਡਾ। ਭਾਰਤ ਵਾਸ ਲਓ, ਪੰਜਾਬ ਵਾਸ ਲਓ, ਤੁਹਾਨੂੰ ਪਤਾ ਹੀ ਹੈ ਕਿ ਅਸੀਂ ਭਾਰਤ ਵਿੱਚ ਪੰਜਾਬ ਵਿੱਚ ਵਸਣ ਵਾਲੇ ਲੋਕ ਧਾਰਮਿਕ ਆਸਥਾ ਰੱਖਣ ਵਾਲੇ ਲੋਕ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਵਿੱਚ ਯੂਨੀਵਰਸਲ ਬ੍ਰਦਰਹੁੱਡ, ਯੂਨੀਵਰਸਲ ਫਰੈਟਰਨਿਟੀ ਦਾ ਮੈਸੇਜ ਮਿਲਦਾ ਹੈ, ਉਹਦੀ ਬੇਅਦਬੀ ਹੁੰਦੀ ਹੈ ਔਰ ਪੰਜਾਬ ਵਿੱਚ ਵਿਸ਼ੇਸ਼ ਕਰਕੇ ਬਰਗਾੜੀ, ਕੋਟਕਪੂਰਾ ਇਸ ਇਲਾਕੇ ਦੇ ਵਿੱਚ ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਉਸ ਬੇਅਦਬੀ ਦੇ ਉੱਤੇ ਕਮਿਸ਼ਨ ਵੀ ਬੈਠੇ ਨੇ, 2 ਕਮਿਸ਼ਨ ਬੈਠ ਚੁੱਕੇ ਨੇ। ਕਮਿਸ਼ਨ ਹੈ ਜਿਹੜਾ ਉਹ ਇੱਕ ਡੈਮੋਕ੍ਰੈਟਿਕ ਢੰਗ ਨਾਲ, ਕੰਸਟੀਟਿਊਸ਼ਨਲ ਢੰਗ ਨਾਲ ਚੁਣਿਆ ਹੋਇਆ, ਇੱਕ ਜੁਡੀਸ਼ਰੀ ਹੁੰਦੀ ਹੈ, ਉਹਦੇ ਵੱਲੋਂ ਇਸ ਬੇਅਦਬੀ ਦੇ ਖਿਲਾਫ ਬਹੁਤ ਰਿਜ਼ਲਟ ਆਏ ਨੇ, ਵਰਡਿਕਟ ਆਈਆਂ, ਪਰ ਉਹਨਾਂ ਉੱਤੇ ਕੋਈ ਵੀ ਅਮਲ ਨਹੀਂ ਕੀਤਾ ਜਾਂਦਾ। ਅੱਜ ਅਸੀਂ ਇਹ ਮਸਲਾ ਪਾਰਲੀਮੈਂਟ ਦੇ ਵਿੱਚ ਵੀ ਉਠਾਉਣਾ ਔਰ ਦੱਸਾਂਗੇ ਕਿ ਉਹਨਾਂ ਕਮਿਸ਼ਨ ਦੀ ਵੀ ਜੋ ਵਰਡਿਕਟ ਆਈ ਹੈ ਉਹਦੇ ਉੱਤੇ ਕੋਈ ਅਮਲ ਨਹੀਂ ਕੀਤਾ ਜਾਂਦਾ। ਇਹ ਟਾਈਮ ਬਾਊਂਡ ਹੋਣਾ ਚਾਹੀਦਾ, ਕਮਿਸ਼ਨ ਦੀ ਵਰਡਿਕਟ ਵੀ ਟਾਈਮ ਬਾਊਂਡ ਹੋਣੀ ਚਾਹੀਦੀ ਹੈ ਔਰ ਸਮਾਂਬੱਧ ਢੰਗ ਨਾਲ ਅੱਗੇ ਇਹਦੇ ਉੱਤੇ ਜਿਹੜੇ ਐਕਸ਼ਨ ਹੋਣੇ ਚਾਹੀਦੇ ਨੇ। ਇਹ ਅੱਜ ਜਿਹੜਾ ਪਾਰਲੀਮੈਂਟ ਦੇ ਵਿੱਚ ਇਸ਼ੂ ਉਠਾਵਾਂਗੇ ਔਰ ਇਸਨੂੰ ਅੱਗੇ ਵੀ ਅਖੀਰ ਤੱਕ ਲੈ ਕੇ ਜਾਵਾਂਗੇ। ਔਰ ਇਹਦੇ ਵਿੱਚ ਇੱਕ ਛੋਟੀ ਜਿਹੀ ਸਾਨੂੰ ਸ਼ੰਕਾ ਹੈ, ਮੈਂ ਪਹਿਲਾਂ ਵੀ ਤੁਹਾਨੂੰ ਉਸ ਦਿਨ ਬੋਲਿਆ ਸੀ ਕਿ ਪਿਛਲੇ 1 ਹਫ਼ਤੇ ਤੋਂ ਪਾਰਲੀਮੈਂਟ ਚੱਲ ਨਹੀਂ ਰਹੀ, ਕਿਉਂਕਿ ਕੁਛ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਆਪਣਾ ਆਪਣਾ ਜਿਹੜਾ ਮਸਲਾ ਲੈ ਕੇ ਉਹ ਰੌਲਾ ਪਾਉਂਦੇ ਨੇ, ਵੈਲ ਦੇ ਵਿੱਚ ਜਾਂਦੇ ਨੇ, ਨਾਅਰੇ ਲਾਉਂਦੇ ਨੇ ਔਰ ਬੈਨਰ ਲੈ ਕੇ ਜਾਂਦੇ ਨੇ, ਤਾਂ ਇੰਨਾ ਜ਼ਿਆਦਾ ਰੌਲਾ ਪੈ ਜਾਂਦਾ ਕਿ ਪਾਰਲੀਮੈਂਟ ਕਈ ਵਾਰੀ ਉਠਾਉਣੀ ਪੈ ਜਾਂਦੀ ਹੈ 12 ਵਜੇ ਤੱਕ, 12 ਵਜੇ ਤੋਂ ਫਿਰ ਕਈ ਵਾਰੀ ਫਿਰ ਰੌਲਾ ਪੈ ਜਾਂਦਾ 2 ਵਜੇ ਤੱਕ, 2 ਵਜੇ ਤੋਂ ਬਾਅਦ ਉਹ ਸ਼ਾਇਦ ਅਗਲੇ ਦਿਨ ਤੱਕ ਚਲੀ ਜਾਂਦੀ ਹੈ। ਪਰ ਜੇ ਅੱਜ ਪਾਰਲੀਮੈਂਟ ਚੱਲੀ ਤਾਂ ਸਾਡਾ ਜਿਹੜਾ 14ਵਾਂ ਨੰਬਰ ਅਤੇ 17ਵਾਂ ਨੰਬਰ ਹੈਗਾ, ਦੋਨਾਂ ਦੇ ਜਿਹੜੇ 0 ਆਵਰ ਦੇ ਡਰੋ ਨਿਕਲੇ ਹੋਏ ਨੇ ਅਤੇ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹ ਜਿਹੜੇ 2 ਵੱਡੇ ਮਸਲੇ ਨੇ, ਬਰਗਾੜੀ, ਗੁਰੂ ਸਾਹਿਬ ਦੀ ਬੇਅਦਬੀ ਅਤੇ SC ਬੱਚਿਆਂ ਦੀ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮਸਲਾ ਜਿਹੜਾ ਉਹ ਸਰਕਾਰਾਂ ਦੇ ਕੰਨਾਂ ਤੱਕ ਪਹੁੰਚ ਸਕੇ, ਅਸੀਂ ਆਪਣੇ ਫਰਜ਼ ਨਿਭਾ ਰਹੇ ਹਾਂ। ਬਾਕੀ ਤੁਹਾਡੀਆਂ ਦੁਆਵਾਂ, ਤੁਹਾਡਾ ਪਿਆਰ ਸਤਿਕਾਰ ਨਾਲ ਚਾਹੀਦਾ, ਅੱਜ ਲਈ ਇੰਨਾ ਕਾਫੀ ਹੈ ਅਤੇ ਬਾਕੀ ਤੁਹਾਨੂੰ ਸਮੇਂ ਸਮੇਂ 'ਤੇ ਅਸੀਂ ਅਪਡੇਟ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ। ਇਨਕਲਾਬ ਜ਼ਿੰਦਾਬਾਦ।